ਜਸਵੀਰ ਸਿੰਘ ਰਾਣਾ ਦੀ ਕਹਾਣੀ ਸਿਖਰ ਦੁਪਹਿਰਾ ਭਾਗ ਪਹਿਲਾ ਦਾ ਬਾਕੀ ਦਾ ਅੰਗ ਵਿਆਹ ਵਿੱਚ ਵੜਨਾ ਤਾਂ ਦੂਰ ਮੈਂ ਕੋਠੀ ਚ ਪੈਰ ਤੱਕ ਨਹੀਂ ਧਰੰਦੰਦਾ ਮੈਨੂੰ ਫਕੀਰੇ ਦੀ ਦੱਸੀ ਗੱਲ ਯਾਦ ਆ ਰਹੀ ਹੈ ਉਹਨੂੰ ਵੀ ਇਹ ਗੱਲ ਕਿਸੇ ਨੇ ਦੱਸੀ ਸੀ ਉਹਨੇ ਜਿਹਨੂੰ ਮੇਰੇ ਤਾਏ ਨੇ ਆਖੀ ਹੋਣੀ ਹੈ ਉਹਨੇ ਸਾਨੂੰ ਵਿਆਹ ਚ ਨਹੀਂ ਸੀ ਵਾੜਿਆ ਜ਼ਮੀਨ ਦੇ ਵਟਵਾਰੇ ਵੇਲੇ ਦਾ ਉਹ ਸਾਡੇ ਨਾਲ ਰੱਸੀ ਦਾ ਸੱਪ ਬਣਿਆ ਹੋਇਆ ਇੱਕ ਸੱਪ ਮੇਰਾ ਤਾਇਆ ਦੂਜਾ ਸੱਪ ਉਹ ਦੇਸ ਰਾਜ ਪਈਆ ਸਾਨੂੰ ਸਾਰਿਆਂ ਨੂੰ ਛੱਡ ਕੇ ਉਹਨੇ ਦੇਸ਼ ਰਾਜ ਨੂੰ ਪਹਿਲ ਦਿੱਤੀ ਸੀ। ਨਹੀਂ ਖੁਸ਼ੀ ਗਮੀ ਚ ਦਾ ਬੰਦਾ ਸਾਰੇ ਗਲੇ ਸ਼ਿਕਵੇ ਭੁੱਲ ਕੇ ਗੱਲ ਲਾ ਲੈਂਦਾ ਹੈ ਪਰ ਇਹ ਤਾਂ ਜਲਾਦ ਹੈ। ਸਾਡੇ ਕਿੰਨੀਆਂ ਮੌਤਾਂ ਹੋਈਆਂ ਇਹ ਲੋਕਾਂ ਨਾਲੋਂ ਵੀ ਫਿੱਕਾ ਪੋਚਾ ਮਾਰ ਕੇ ਗਿਆ ਸੀ। ਰਾਜਵੀਰ ਦਾ ਜਵਾਨ ਭਾਈ ਮਰਿਆ ਲੋਕਾਂ ਨੇ ਮੇਰੇ ਤਾਈ ਨੂੰ ਵਿਆਹ ਅੱਗੇ ਕਰ ਲੈਣ ਦੀ ਸਲਾਹ ਦਿੱਤੀ ਪਰ ਉਹ ਸਭ ਨੂੰ ਇੱਕੋ ਗੱਲ ਸੁਣਾਉਂਦਾ ਲੈ ਇਹਨਾਂ ਦੇ ਤਾਂ ਕੱਲ ਨੂੰ ਕੋਈ ਹੋਰ ਮਰ ਜਾ। ਮੈਂ ਮੁੰਡਾ ਤਾਂ ਨਹੀਂ ਕੁਵਾਰਾ ਰੱਖਣਾ ਹੈ। ਕਾਰ ਅੰਦਰ ਲਾ ਕੇ ਮੇਰੇ ਤਾਏ ਦਾ ਮੁੰਡਾ ਗੇਟ ਬੰਦ ਕਰਕੇ ਗਿਆ। ਮੈਥੋਂ ਤਾਂ ਇਹ ਕਈ ਸਾਲ ਵੱਡਾ ਹੈ ਪਰ ਵਿਆਹ ਇਹਦਾ ਕੱਚੀ ਉਮਰ ਦੀ ਕੁੜੀ ਨਾਲ ਹੋਇਆ। ਇੱਕ ਮੈਂ ਜਿਹਦੇ ਪੱਲੇ ਰਾਜਵੀਰ ਵਰਗੀ ਪਕੜ ਪਈ ਹੋਈ ਹੈ। ਦਿਨੇ ਤਾਂ ਉਹ ਸਿੱਧੇ ਮੂੰਹ ਪਾਣੀ ਨਹੀਂ ਧਰਦੀ। ਰਾਤ ਨੂੰ ਵੀ ਘਟ ਨਹੀਂ ਗੁਜ਼ਾਰਦੀ। ਹਰ ਰਾਤ ਮੈਨੂੰ ਲੱਗਦਾ ਜਿਵੇਂ ਕੋਈ ਅਪਰਾਧ ਕੀਤਾ ਹੁੰਦਾ ਹੈ। ਜਿੱਦਣ ਅਸੀਂ ਕਣਕ ਕੱਢੀ ਐ ਮੈਂ ਰਾਤ ਨੂੰ ਬੋਲਦੀ ਰੱਖੀ ਖੱਤੇ ਚ ਹੀ ਪਿਆ ਸੀ। ਮੰਜੇ ਤੇ ਪਈ ਦੀ ਮੇਰੀ ਅੱਖ ਤਾਏ ਦੀ ਕੋਠੀ ਉੱਪਰਲੇ ਚਬਾਰੇ ਤੇ ਟਿਕੀ ਹੋਈ ਸੀ। ਚਵਾਰਿਚ ਟਿਊਬ ਜਾਗ ਰਹੀ ਸੀ ਖਿੜਕੀਆਂ ਪਿਛਲੇ ਪਰਦਿਆਂ ਪਿੱਛੇ ਚੋਲ ਮੋਲ ਕਰਦੇ ਪਰਛਾਵੇਂ ਵੇਖ ਕੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਈ ਉਹ ਪਰਛਾਵੇਂ ਮੇਰੇ ਤਾਏ ਦੇ ਮੁੰਡੇ ਤੇ ਉਹਦੀ ਘਰ ਵਾਲੀ ਦੇ ਸਨ ਪਰਛਾਵਾਂ ਪਰਾਂ ਨੂੰ ਖਿਸਕ ਜਾਣ ਕਾਰਨ ਡਬਖੜੀ ਧੋਪਾ ਗਈ ਐ ਉੱਠ ਕੇ ਮੈਂ ਮੰਜਾ ਫੇਰ ਤੂਦ ਦੀ ਛਾਂ ਹੇਠਾਂ ਨੂੰ ਕਰ ਲਿਆ ਸਾਹਮਣੀ ਮੋਟਰ ਤੇ ਫਕੀਰਾ ਮੱਥੇ ਤੇ ਹੱਥ ਰੱਖੀ ਔਲੂ ਦੀ ਮੌਣ ਤੇ ਬੈਠਾ ਮੇਰੀ ਵੀ ਪਾਣੀ ਦੀ ਤਿਆ ਮਰ ਗਈ ਐ ਮੋਢਿਆਂ ਦਾ ਦਰਦ ਮੇਰੇ ਸਿਰ ਵੱਲੋਂ ਤੁਰ ਪਿਆ ਹੈ ਦਿਮਾਗ ਦਾ ਲੋਡ ਵਧਣ ਲੱਗ ਪਿਆ ਹੈ ਅੱਖਾਂ ਮੂਰੇ ਤਾਰੇ ਨੱਚਣ ਲੱਗ ਪਏ ਨੇ ਤਾਰਿਆਂ 'ਚੋਂ ਇੱਕ ਸੀਨ ਜਿਹਾ ਉੱਭਰ ਰਿਹਾ ਹੈ ਸਟੇਜ ਤੇ ਯਾਨੀ ਆਰਕੈਸਟਰ ਲੱਗਿਆ ਹੋਇਆ ਹੈ ਸਟੇਜ ਮੂਰੇ ਨੱਚਦੇ ਬੰਦਿਆਂ ਦੇ ਚਿਹਰੇ ਉੱਭਰ ਰਹੇ ਸਨ ਸਭ ਤੋਂ ਵੱਡਾ ਚਿਹਰਾ ਦੇਸ਼ ਰਾਜ ਦਾ ਹੈ ਡਾਂਸਰ ਕੁੜੀਆਂ ਵੱਲ ਝਾਕਦਾ ਹੋਇਆ ਨੱਚ ਰਿਹਾ ਹੈ ਉਹਦੇ ਨਾਲ ਮੇਰਾ ਤਾਇਆ ਵੀ ਨੱਚ ਰਿਹਾ ਹੈ ਉਹਦਾ ਮੁੰਡਾ ਤੇ ਮੁੰਡੇ ਦੀ ਘਰ ਵਾਲੀ ਆੜ ਨੱਚ ਰਹੇ ਹਨ ਮੇਰੀ ਤਾਈ ਵੀ ਵਿੱਚ ਗੇੜੇ ਦੇ ਰਹੀ ਐ ਸਾਰਿਆਂ ਚ ਦੇਸਰਾਜ ਨੂੰ ਨੱਚਦਾ ਵੇਖ ਕੇ ਫਕੀਰਾਂ ਯਾਨੀ ਰੌਲਾ ਪਾ ਰਿਹਾ ਓਏ ਦੇਸਰਾਜ ਨੂੰ ਕੱਢੋ ਦੇਸਰਾਜ ਨੂੰ ਰੋਕੋ ਕੋਈ ਮੈਂ ਸਿਰ ਪੁਆ ਕੇ ਪਰਾਂ ਨੂੰ ਵੇਖਣ ਲੱਗ ਪਿਆ ਆਪਣੇ ਔਲੂ ਦੀ ਮੌਣ ਤੇ ਬੈਠਾ ਫਕੀਰਾਂ ਮੈਨੂੰ ਹਾਕਾ ਮਾਰ ਰਿਹਾ ਓ ਮੇਰੇ ਤਾਈ ਦੀ ਕੋਠੀ ਵੱਲ ਨੂੰ ਇਸ਼ਾਰਾ ਕਰ ਰਿਹਾ ਗੱਲ ਸਮਝ ਕੇ ਮੈਂ ਕੋਠੀ ਵੱਲ ਨੂੰ ਝਾਕਿਆ ਹਾਂ ਸਕੂਟਰ ਗੇਟ ਮੋਰੇ ਖੜਾ ਕੇ ਦੇਸਰਾਜ ਕੋਠੀ ਦੇ ਅੰਦਰ ਵੜ ਰਿਹਾ ਜਦੋਂ ਦਾ ਇਹ ਠੇਕੇਦਾਰ ਬਣਿਆ ਇਹਦੀ ਹਵਾ ਵਿਗੜੀ ਪਈਏ ਮੈਨੂੰ ਤਾਂ ਇਹ ਅੱਖ ਨਾਲੋਂ ਵੀ ਕੌੜਾ ਲੱਗਦਾ ਰਾਂਗੇ ਦਾ ਕਾਲੇ ਨਾਗ ਵਰਗਾ ਪਰ ਕੱਪੜੇ ਚਿੱਟੇ ਪਾ ਕੇ ਰੱਖਦਾ ਜਦੋਂ ਰਚਪਾਲ ਜੀ ਆਉਂਦਾ ਸੀ ਇਹ ਸਾਡੇ ਨਾਲ ਸੀਰੀ ਹੁੰਦਾ ਹੁਣ ਤਾਂ ਸਾਡੇ ਘਰ ਘਟ ਹੀ ਹੁੰਦਾ ਮੇਰੀ ਤਾਈ ਦੀ ਕੋਠੀ ਜ਼ਿਆਦਾ ਹੁੰਦਾ ਪਹਿਲਾਂ ਇਹਨੂੰ ਸਾਈਕਲ ਤੱਕ ਨਹੀਂ ਸੀ ਆਉਂਦਾ 5-6 ਸਾਲ ਸਾਡੇ ਨਾਲ ਸੀਰਪੁਣਾ ਕਰਕੇ ਹਟ ਗਿਆ ਫਿਰ ਸਾਈਕਲ ਸਿੱਖ ਕੇ ਪਾਪੜ ਵੇਚਣ ਲੱਗ ਪਿਆ ਫਿਰ ਇਹਨੇ ਗੋਲ ਗੱਪਿਆਂ ਦੀ ਰੇੜੀ ਲਾਈ ਬਚਦੇ ਨੇ ਤੇ ਟਾਬੇ ਤੋਂ ਹਟ ਕੇ ਜਦੋਂ ਇਹ ਚਮਕੌਰ ਮਿਸਤਰੀ ਨਾਲ ਰਲਿਆ ਤਾਂ ਇਹਦਾ ਕੁੱਤਾ ਲੋਟ ਬੈਠ ਗਿਆ। ਇਹ ਮਿਸਤਰੀ ਬਣਾ ਸਿੱਖ ਗਿਆ। ਪਤਾ ਨਹੀਂ ਸਾਲੇ ਨੇ ਕੀ ਕਿਵੇਂ ਕਰਿਆ। ਸਾਰੇ ਪਾਸੇ ਦੇਸਰਾਜ ਮਿਸਤਰੀ ਦਾ ਨਾਂ ਚਮਕ ਉੱਠਿਆ। ਹੁਣ ਤਾਂ ਇਹ ਇਲਾਕੇ 'ਚ ਚੋਟੀ ਦਾ ਠੇਕੇਦਾਰ ਹੈ। ਕੋਠੀਆਂ ਪਾਉਣ ਦੇ ਠੇਕੇ ਲੈਂਦਾ ਹੈ। ਚੰਗੀ ਪੰਜਾਬੀ ਪੜ੍ਹਨੀ ਲਿਖਣੀ ਵੀ ਸਿੱਖ ਗਿਆ। ਬੈਂਕ 'ਚ ਚੰਗਾ ਪੈਸਾ ਜਮ੍ਹਾਂ ਕਰਵਾਈ ਫਿਰਦਾ ਹੈ। ਇੱਕ ਦਿਨ ਮੈਨੂੰ ਦੱਸਦਾ ਸੀ ਵੀਰ ਜੀ ਇਸ ਵਕਤ ਆਪਣਾ ਬੈਂਕ ਵਿੱਚ 2 ਲੱਖ ਤੋਂ ਉੱਪਰ ਰੁਪਇਆ ਜਮਾ ਹੈਗਾ ਆਪਾਂ ਨੂੰ ਕਿਸੇ ਸਾਲੇ ਦੀ ਪਰਵਾਹ ਨਹੀਂ ਹੈਗੀ ਮੈਨੂੰ ਕਿਹੜਾ ਕਿਸੇ ਸਾਲੇ ਦੀ ਪਰਵਾਹ ਹੈ ਕਈ ਵਾਰ ਮੇਰਾ ਤਾਇਆ ਵੀ दारू ਪੀ ਕੇ ਪਹੇਟ ਖੜਾ ਖੜਾ ਉੱਚੀ ਉੱਚੀ ਬੋਲਦਾ ਹੁੰਦਾ ਪਰ ਉਹਦੇ ਮੂਰੇ ਕੋਈ ਨਹੀਂ ਬੋਲਦਾ ਜਦ ਕਿ ਉਹਦੀ ਕੋਠੀ ਦੇ ਨਾਲ-ਨਾਲ 6-7 ਕੋਠੀਆਂ ਹੋਰ ਵੀ ਨੇ ਮੂਰੇ ਹੁਣ ਕੋਠੀਆਂ ਹਨ ਸਾਡੇ ਤੇ ਫਕੀਰੇ ਵਰਗਿਆਂ ਦੇ ਖੇਤ ਪਿੱਛੇ ਰਹਿ ਗਏ ਨੇ ਜਦੋਂ ਜ਼ਮੀਨ ਵੰਡੀ ਮੇਰੇ ਤਾਇਆ ਨੇ ਰੌਲਾ ਪਾ ਕੇ ਪਹੇ ਨਾਲ ਲੱਗਦਾ ਟੱਕ ਲੈ ਲਿਆ ਸੀ ਸਾਨੂੰ ਪਿਛਲਾ ਛੱਡਦਾ ਜੇ ਇਹਦੇ ਅਖਤਿਆਰ ਹੁੰਦਾ ਤਾਂ ਇਹ ਉਹ ਵੀ ਨਾ ਛੱਡਦਾ ਇਹਦੇ ਸਿਰ 'ਚ ਪੁੱਠੀ ਖੋਪੜੀ ਐ ਦੂਜਿਆਂ ਬਾਰੇ ਸਦਾ ਪੁੱਠਾ ਹੀ ਸੋਚਦਾ ਬਸ ਆਪਣਾ ਉੱਲੂ ਸਿੱਧਾ ਕਰੀ ਜਾਂਦਾ ਆਪਣੀ ਤਾਂ ਜ਼ਮੀਨ ਵੇਚ ਕੇ ਇਹਨੇ ਪਲਾਟ ਕੱਟ ਦਿੱਤੇ ਪਰ ਜ਼ਮੀਨ ਇਹਦੇ ਕੋਲ ਫੇਰ ਆ ਗਈ ਜ਼ਮੀਨ ਖਾਤਰ ਇਹ ਜਣੇ ਘਣੇ ਨੂੰ ਕਹਿੰਦਾ ਹੁੰਦਾ ਜਿੱਥੇ ਕੁੜੀ ਨੂੰ ਜ਼ਮੀਨ ਆਉਂਦੀ ਹੋਵੇ ਮੈਂ ਤਾਂ ਮੁੰਡਾ ਉੱਥੇ ਵੀ ਆਣਾ ਮੁੰਡਾ ਫੇਰੇ ਨਹੀਂ ਆਇਆ ਵੀ ਉੱਥੇ ਕੁੜੀ ਨੂੰ ਪੇਕਿਆਂ ਤੋਂ 25 ਵਿਗੇ ਜ਼ਮੀਨ ਆਉਂਦੀ ਹੈ ਮੁੰਡੇ ਨੂੰ ਬਰੂਦਾਰਗੀ ਘਰ ਵਾਲੀ ਮਿਲ ਗਈ ਮੇਰੇ ਤਾਈ ਦੇ ਹੱਥ ਕਾਰੋਂ ਦਾ ਖਜ਼ਾਨਾ ਲੱਗ ਗਿਆ ਅੱਜ ਕੱਲ ਇਹਦੇ ਕੋਲ ਮੰਨ ਮੱਤਾ ਪੈਸਾ ਦੁਨੀਆ ਵਿਆਜ ਤੇ ਲੈਣ ਆਉਂਦੀ ਐ ਪਰ ਮੈਂ ਇਹਦੇ ਮੂਰੇ ਕਦੇ ਹੱਥ ਨਹੀਂ ਅੱਡੇਆ ਨਾ ਹੀ ਅੱਡਣਾ ਇਸ ਤਰ੍ਹਾਂ ਤਾਂ ਹਰੇਕ ਪੈਸਾ ਕਮਾ ਸਕਦਾ ਸਵਾਦ ਤਾਂ ਫੇਰ ਐ ਜੇ ਬੰਦਾ ਛਾਤੀ ਦੇ ਜ਼ੋਰ ਨਾਲ ਪੈਸਾ ਕਮਾਉਂਦਾ ਪਰ ਹੁਣ ਤਾਂ ਛਾਤੀ ਵਿੱਚ ਉਹ ਜ਼ੋਰ ਕਿੱਥੇ ਰਹਿ ਗਿਆ ਮੇਰੀ ਛਾਤੀ ਢੌਂਕੜੀ ਵਾਂਗ ਚੱਲ ਰਹੀ ਐ ਮੈਨੂੰ ਤਾਂ ਕਰਜ਼ੇ ਦਾ ਖਿਆਲ ਹੀ ਸਾਰਾ ਛੱਡ ਦਿੰਦਾਂ 2.5 ਲੱਖ ਕਿਤੇ ਥੋੜੀ ਰਕਮ ਹੁੰਦੀ ਹੈ 2.5 ਲੱਖ ਦੇ ਖਿਆਲ ਨੇ ਮੈਨੂੰ ਮੰਜੇ ਤੋਂ ਉਠਾ ਦਿੱਤੇ ਕਿੱਥੇ ਬੈਠ ਹੁੰਦਾ ਮੁਤਾ ਫਕੀਰਾ ਵੀ ਔਲੂ ਦੀ ਮੌਣ ਤੇ ਨਹੀਂ ਬੈਠਾ ਉਹ ਇਧਰ ਨੂੰ ਪਿੱਟ ਕਰੀ ਖੜਾ ਹੈ ਸਾਹਮਣੀ ਕੋਠੀ ਚੋਂ ਦੇਸਰਾਜ ਵੀ ਬਾਹਰ ਆ ਗਿਆ ਸਕੂਟਰ ਸਟਾਰਟ ਕਰੀ ਉਹ ਫਕੀਰੇ ਦੀ ਪਿੱਠਵਾਲ ਵੇਖ ਰਿਹਾ ਮੈਂ ਪਹੀਏ ਦੇ ਅੰਦਾਜ਼ ਵਾਲ ਵੇਖ ਰਿਹਾ ਮੇਰਾ ਤਾਇਆ ਉਹਦੇ ਕੋਲ ਖੜਾ ਇੱਕ ਦੂਜੇ ਨਾਲ ਹੱਥ ਮਿਲਾ ਕੇ ਦੋਵੇਂ ਹੱਸ ਰਹੇ ਹਨ ਦੇਖੀ ਚੋਜ ਕਰਦੇ ਨੇ ਪ੍ਰੇਤ ਸਾਲੇ ਮੇਰੇ ਮੂੰਹ ਦੋਆ ਨੂੰ ਗਾਲ ਨਿਕਲ ਗਈ ਪਹਿਲੇ ਚ ਦੇਸ ਰਾਜ ਦਾ ਸਕੂਟਰ ਧੂੜ ਉਡਾਉਂਦਾ ਜਾ ਰਿਹਾ ਹੈ ਮੇਰਾ ਦਿਲ ਕਰ ਰਿਹਾ ਹੈ ਬੋਰ ਵਾਲੇ ਪਾਈਪ ਨੂੰ ਪੱਟ ਕੇ ਉਹਦੇ ਵਿੱਚ ਬਰੂਦ ਭਰ ਲਵਾਂ ਫਿਰ ਫਿਲਮਾਂ ਵਾਲਿਆਂ ਵਾਂਗ ਪਾਈਪ ਨੂੰ ਮੋਢੇ ਤੇ ਰੱਖ ਕੇ ਭੱਜਾਂ ਪਹਿਲੇ ਤੁਮਾਕੇ ਨਾਲ ਮੇਰੇ ਤਾਈ ਦੀ ਕੋਠੀ ਉਡਾ ਦਾਂ ਦੂਜੇ ਤੁਮਾਕੇ ਨਾਲ ਦੇਸਰੀ ਤੇਸ ਰਾਜ ਦਾ ਸਕੂਟਰ ਫੂਕ ਦਿਆਂ ਐ ਕਿਤੇ ਬੰਦਾ ਫੂਕ ਹੁੰਦਾ ਪਤਾ ਨਹੀਂ ਸਾਲਿਆਂ ਨੇ ਕਿਵੇਂ ਕੁੜੀ ਨੂੰ ਅੱਗ ਲਾਈ ਹੋਣੀ ਹੈ ਮੈਨੂੰ ਰਚਪਾਲ ਦੀ ਗੱਲ ਚੇਤੇ ਆ ਰਹੀ ਹੈ ਸਿਰਫ ਰਚਪਾਲ ਦੀ ਅੱਖੀ ਗੱਲ ਹੀ ਨਹੀਂ ਮੇਰੀਆਂ ਨਜ਼ਰਾਂ ਮੂਰੇ ਪੂਰਾ ਦ੍ਰਿਸ਼ੀ ਉਭਰਨ ਲੱਗ ਪਿਆ ਹੈ ਪਤਾ ਨਹੀਂ ਅਸੀਂ ਕਿਵੇਂ ਕੇਸ ਹਾਰ ਗਏ ਆ ਕੁੜੀ ਮਾਰ ਬੰਦੇ ਜੇਲ੍ਹ ਚੋਂ ਬਾਹਰ ਨੂੰ ਆ ਰਹੇ ਨੇ ਡਿੰਪਲ ਦੀ ਲਾਸ਼ ਓਵੇਂ ਜਿਵੇਂ ਵੇੜੇ 'ਚ ਪਈ ਹੈ ਉਹਦੇ ਤੇ ਡਿੱਗੀ ਮੇਰੀ ਮਾਂ ਦੋ ਹੱਥੜੀਆਂ ਪਿੱਟ ਰਹੀ ਹੈ ਕੰਧ ਨਾਲ ਢੂ ਲਾਈ ਖੜਾ ਬਾਪੂ ਜਿਵੇਂ ਗੁੰਗਾ ਹੋ ਗਿਆ ਹੈ ਉਹ ਅਸਮਾਨ ਵੱਲ ਨੂੰ ਚਾਹ ਕਰਿਆ ਰਾਜਵੀਰ ਦੀਆਂ ਚੀਕਾਂ ਨਾਲੋਂ ਉੱਚੀ ਰਚਪਾਲ ਕੋੱਕਾ ਮਾਰ ਰਿਹਾ ਹੈ ਇੱਕ ਮਹੀਨਾ ਜਿਹਨੂੰ ਰੋਣਾ ਘੱਟ ਤੇ ਗੁੱਸਾ ਵੱਧ ਆ ਰਿਹਾ ਹੈ। ਡਿੰਪਲ ਦੀ ਲਾਸ਼ ਵੇਖ ਕੇ ਮੇਰੇ ਅੰਦਰ ਇੱਕ ਖਿਆਲ ਉੱਠਿਆ ਸੀ। ਮੇਰਾ ਜੀ ਕੀਤਾ ਸਾਰੇ ਰਿਸ਼ਤੇ ਮੇਟ ਦਿਆਂ। ਡਿੰਪਲ ਨੇ ਸਹਰਿਆਂ ਦਾ ਇੱਕ ਇੱਕ ਜੀ ਫੂਕ ਕੇ ਰੱਖ ਦੇਵਾਂ। ਪਰ ਮੇਰਾ ਉਹ ਖਿਆਲ ਲੋਕਾਂ ਦੀਆਂ ਸਿਆਣਪਾਂ ਖਾ ਗਈਆਂ ਸਨ। ਐ ਕਿਤੇ ਹੁੰਦਾ ਹੁੰਦਾ ਕਮਲਿਆ ਇਹ ਤਾਂ ਕਲਯੁਗ ਦੀ ਖੇਡ ਹੈ। ਐਂ ਕਹੋ ਵੀ ਕਿਸਮਤ ਦੀ ਕਿਸਮਤ ਹੀ ਹੋਲੀਤੀ ਚੰਦਰੀ ਦੀ। ਨਹੀਂ ਤੁਸੀਂ ਦੇਣ ਕਿਤੇ ਥੋੜਾ ਦਿੱਤਾ। ਅਸੀਂ ਤਾਂ ਆਪਣੀ ਵਿੱਤ ਤੋਂ ਬਾਹਰ ਜਾ ਕੇ ਵੀ ਸਭ ਕੁਝ ਦਿੱਤਾ ਸੀ ਅਸੀਂ ਤਾਂ ਘਰੇ ਵਿਆਹ ਕਰਨਾ ਸੀ ਪਰ ਮੁੰਡੇ ਵਾਲਿਆਂ ਦੇ ਕਹਿਣ ਤੇ ਮੈਰਿਜ ਬੈਲਿਸਟ ਕੀਤਾ ਆਪਣੀ ਜਾਨ ਚ ਅਸੀਂ ਉਹਨਾਂ ਦੇ ਤਸੱਲੀ ਕਰਾਤੀ ਸੀ ਪਰ ਤਿੰਨ ਕੁ ਮਹੀਨੇ ਬਾਅਦ ਜਦੋਂ ਡਿੰਪਲ ਨੇ ਸਹੁਰਿਆਂ ਦੀ ਫਰਮੈਸ਼ ਰੱਖੀ ਤਾਂ ਸਾਡਾ ਭਰਮ ਟੁੱਟਿਆ ਸੀ ਉਹਦੇ ਸਹੁਰੇ 20000 ਮੰਗਦੇ ਸਨ ਅਸੀਂ ਵਿਆਜੂ ਫੜ ਕੇ ਦਿੱਤਾ ਉਹਨਾਂ ਫੇਰ ਮੰਗਿਆ ਅਸੀਂ ਫੇਰ ਦਿੱਤਾ ਜਦੋਂ ਅਸੀਂ ਨਾ ਕੀਤੀ ਉਹ ਡਿੰਪਲ ਨੂੰ ਧਮਕੀਆਂ ਦੇਣ ਲੱਗ ਪਏ ਦੁੱਧੂਸੀ ਹੋਰ ਪੈਸੇ ਨਾ ਦੇ ਸਕੇ ਉਹਨਾਂ ਬਿੰਪਲ ਨੂੰ ਡਿੰਪਲ ਨੂੰ ਅੱਗ ਲਾ ਕੇ ਸਾੜਦਾ ਮੇਰੀ ਅੱਖਾਂ ਮੂਰੇ ਫਕੀਰੇ ਦੀ ਕੁੜੀ ਆ ਖੜੀ ਹੈ ਉਹਦੀ ਕੁੜੀ ਵੀ ਜਵਾਨ ਹੈ ਮੁੰਡਾ ਉਹਦਾ ਪੋਲੀ ਉਹਦਾ ਮਰਿਆ ਪਿਆ ਹੈ ਬਚਪਨ ਤੋਂ ਹੀ ਮੰਝੇ ਤੇ ਪਿਆ ਹੈ ਵੱਡੀ ਕੁੜੀ ਦੇ ਵਿਆਹ ਵੇਲੇ ਫਕੀਰੇ ਨੇ ਦੇਸ ਰਾਜ ਭਈਏ ਤੋਂ ਵਿਆਜੂ ਪੈਸਾ ਲਿਆ ਸੀ ਹੁਣ ਉਹਨਾਂ ਨੇ ਇਸ ਕੁੜੀ ਦਾ ਵੀ ਵਿਆਹ ਕਰਨਾ ਹੋਣਾ ਸਰਦਾਰ ਜੀ ਤੁਸੀਂ ਆਪਣੀ ਲੜਕੀ ਦੀ ਸ਼ਾਦੀ ਮੇਰੇ ਸਾਥ ਕਰਦੇ ਬੇ ਪਿਛਲਾ ਕਰਜ਼ਾ ਮੈਂ maaf ਪਿਛਲਾ ਕਰਜ਼ਾ ਤੋਂ maaf ਮੈਂ ਆਪਕੋ aur ਵੀ ਪੈਸੇ ਦੂੰਗਾ ਮੇਰੇ ਦਿਮਾਗ 'ਚ ਦੀਸ ਰਾਜ ਭਈਏ ਦੀ ਆਖੀ ਗੱਲ ਘੁੰਮਣ ਲੱਗ ਪਈ ਹੈ ਪਤਾ ਨਹੀਂ ਕੱਲ ਫਕੀਰੇ ਨੇ ਮੈਨੂੰ ਕਿਵੇਂ ਦੱਸਿਆ ਹੋਣਾ ਮੈਂ ਜਾਣਦਾ ਉਹਦੇ ਅੰਦਰ ਵੀ ਅੱਗ ਲੱਗੀ ਹੋਣੀ ਹੈ ਮੇਰੇ ਤਾਏ ਦੇ ਮੁੰਡੇ ਅੰਦਰ ਪਤਾ ਨਹੀਂ ਕੀ ਅੱਗ ਲੱਗੀ ਹੋਈ ਹੈ ਉਹ ਕਦੇ ਉੱਪਰ ਚੁਬਾਰੇ 'ਚ ਚੜ ਜਾਂਦਾ ਹੈ ਕਦੇ ਹੇਠਾਂ ਉਤਰ ਆਉਂਦਾ ਹੈ ਮੰਜੇ 'ਤੇ ਬੈਠਾ ਮੈਂ ਉੱਧਰ ਨੂੰ ਹੀ ਦੇਖ ਰਿਹਾ ਉਹ ਹੁਣ ਫੇਰ ਚੁਬਾਰੇ 'ਚ ਵੜਿਆ ਮੈਂ ਠੀਕ ਜਿਹਾ ਹੋ ਕੇ ਬੈਠ ਗਿਆ ਮਗਰ ਉਹਦੀ ਘਰ ਵਾਲੀ ਹੱਥ 'ਚ ਰੋਟੀ ਵਾਲੀ ਪਲੇਟ ਫੜੀ ਜਾ ਰਹੀ ਹੈ ਉਹ ਅੰਦਰ ਵੜ ਗਏ ਨੇ ਜਾਲੀਦਾਰ ਦਰਵਾਜ਼ਾ ਬੰਦ ਹੋ ਗਿਆ ਦਰਵਾਜ਼ੇ ਦੇ ਖੜਕੇ 'ਚ ਮੈਨੂੰ ਰਾਜਵੀਰ ਬੋਲਦੀ ਸੁਣੀ ਹੈ ਨਾ ਰੋਟੀ ਖਾਣੀ ਤਾਂ ਯਾਦ ਰਹਿੰਦੀ ਆ ਘਰੇ ਸਾਰਾ ਸੌਦਾ ਪੱਤਾ ਮੁੱਕਿਆ ਪਿਆ ਉਹਨਾਂ ਦੀ ਯਾਦ ਹੈ ਯਾਦ ਤਾਂ ਮੈਨੂੰ ਸਭ ਕੁਝ ਹੈ ਕੁਝ ਵੀ ਨਹੀਂ ਭੁੱਲਦਾ ਮਾਂ ਨੂੰ ਕਿਹੜਾ ਡਿੰਪਲ ਦੀ ਲਾਸ਼ ਭੁੱਲੀ ਸੀ ਉਸੇ ਦਿਨ ਤੋਂ ਉਹਦੇ ਅੰਦਰ ਫੈਲਿਆ ਕੈਂਸਰ ਬਾਹਰ ਨਿਕਲ ਆਇਆ ਸੀ ਅਸੀਂ ਸੀਐਮਸੀ ਲੁਧਿਆਣਾ ਤੱਕ ਇਲਾਜ ਕਰਵਾਇਆ ਰਚਪਾਲ ਨੇ ਆੜਤੀਏ ਤੋਂ ਫੜ ਕੇ ਬਿਨਾ ਕਿਰਕ ਪੈਸਾ ਖਰਚਿਆ ਪਰ ਮਾਂ ਨਹੀਂ ਬਚੀ ਉਹਦੀ ਮੌਤ ਨਾਲ ਬਾਪੂ ਦੀ ਚੁੱਪ ਹੋ ਡੂੰਗੀ ਹੋ ਗਈ ਸੀ ਰਚਪਾਲ ਵੀ ਬਹੁਤਾ ਚੁੱਪ ਹੀ ਰਹਿੰਦਾ ਹਰ ਵਕਤ ਉਹ ਅੰਦਰੋਂ ਅੰਦਰ ਹੀ ਕੁਲਦਾ ਜਾ ਰਹਿਦਾ ਕਈ ਵਾਰੀ ਰਾਤ ਨੂੰ ਸੁੱਤਾ ਪਿਆ ਉੱਚੇ ਉੱਚੇ ਬੋਲਣ ਲੱਗ ਪੈਂਦਾ ਪੈਸੇ ਮੇਰੇ ਕੋਲ ਕਿੱਥੇ ਨੇ ਪੈਸੇ ਉਹ ਸਾਰੇ ਪੈਸੇ ਤਾਂ ਉਹ ਖਾ ਗਏ ਅਜੇ ਖੂਹੀ ਡੂੰਗੀ ਘਰਾਉਣੀ ਐ ਰੇ ਚੱਕਣਾ ਜੀਰੀ ਲਾਉਣੀ ਐ ਆ ਰਾਜਵੀਰ ਲੜਨੋਂ ਨਹੀਂ ਹਟਦੀ ਕਹਿੰਦੇ ਬਿਜਲੀ ਦਾ ਬਿੱਲ ਭਰਨਾ ਐ ਗੈਸ ਸਿਲੰਡਰ ਮੁੱਕਿਆ ਪਿਆ ਸੌਦਾ ਪੱਤਾ ਮੁੱਕਿਆ ਪਿਆ ਮੈਂ ਕੀ ਕੀ ਲਿਆਵਾਂ ਕਿੱਥੋਂ ਲਿਆਵਾਂ दारू ਪੀਤੀ ਹੋਈ ਚੋ ਮੈਨੂੰ ਅਕਸਰ ਕਹਿੰਦਾ ਹੁੰਦਾ ਦੇਬੀ ਮੇਰੇ ਤਾਂ ਯਾਰ ਮੋਢਿਆਂ 'ਚ ਦਰਦ ਹੁੰਦਾ ਰਹਿੰਦਾ ਹੈ ਦਰਦ ਵੀ ਸਾਲਾ ਬਹੁਤ ਭੜਾ ਸਮਝ ਨਹੀਂ ਆਉਂਦੀ ਕੀ ਕਰਾਂ ਉਸ ਰਾਤ ਨੂੰ ਪਤਾ ਨਹੀਂ ਕੀ ਸਮਝ ਆ ਗਈ ਸੀ ਉਹਨੇ ਰੋਜ਼ ਨਾਲੋਂ ਵੱਧ दारू ਪੀਤੀ ਸੀ ਰੋਟੀ ਖਾ ਕੇ ਮੇਰੇ ਕੋਲ ਆ ਗਿਆ ਮੇਰੇ ਦੋਵੇਂ ਮੋਢਿਆਂ ਤੇ ਹੱਥ ਰੱਖ ਕੇ ਖੜ ਗਿਆ ਮੇਰੀ ਨਿਗਾਹ ਭਾਂਡੇ ਮਾਂਝਰੀ ਰਾਜਵੀਰ ਵਿੱਚ ਸੀ ਜਦੋਂ ਮੈਂ ਰਛਪਾਲ ਵੱਲ ਝਾਕਿਆ ਤਾਂ ਬੋਲਿਆ ਉਹ ਛੱਡ ਪਰਾਂ ਦੇਵੀ ਆ ਜਾ ਚੱਲੀਏ ਕਿੱਥੇ ਵੀਰ ਜਦੋਂ ਮੈਂ ਪੁੱਛਿਆ ਤਾਂ ਹੱਸ ਪਿਆ ਸੀ ਕੋਈ ਨਹੀਂ ਚੱਲ ਛੱਡ ਪਰ ਤੂੰ ਅਜੇ ਇੱਥੇ ਘਰ ਹੀ ਬਹਿ ਜਾ ਰਾਜਵੀਰ ਕੱਲੀ ਐ ਬਾਪੂ ਨੂੰ ਤਾਂ ਕੁਝ ਬਿੜਕ ਨਹੀਂ ਆਉਂਦੀ ਚੰਗਾ ਮੈਂ ਜਾਣਾ ਦੇਵੀ ਉਸ ਰਾਤ ਮੈਂ ਪਹਿਲੀ ਵਾਰੀ ਰਾਜਵੀਰ ਨਾਲ ਪੈਣ ਦੀ ਕੋਸ਼ਿਸ਼ ਕੀਤੀ ਸੀ ਅੱਧੀ ਰਾਤ ਦਾ ਵਕਤ ਸੀ ਰਾਜਵੀਰ ਬੋਬੀ ਨਾਲ ਸੁੱਤੀ ਪਈ ਸੀ ਮੈਂ ਮੱਲਕ ਕਦੇਣੀ ਉੱਠਿਆ ਹਵਾਜ ਪੈਰ ਰੱਖਦਾ ਜਾ ਕੇ ਰਾਜਵੀਰ ਨਾਲ ਪੈ ਗਿਆ ਮੇਰੇ ਪੈਣ ਦੀ ਦੇਰ ਸੀ ਹੋਈ ਕੋ ਲਖਤ ਉੱਠ ਕੇ ਬੈਠੀ ਹੋ ਗਈ ਖਬਰਦਾਰ ਤਫਾ ਹੋ ਜਾਏ ਤੋ ਨਹੀਂ ਤਾਂ ਬਾਪੂ ਜੀ ਨੂੰ ਉਠਾ ਦੇਣਾ ਨਾਲੇ ਮੇਰਾ ਖਸਮ ਅਜੇ ਜਿਉਂਦਾ ਹੈ ਮਰਿਆ ਨਹੀਂ ਪਰ ਸਵੇਰੇ ਜਦੋਂ ਮੈਂ ਚਾਹ ਲੈ ਕੇ ਖੇਤ ਗਿਆ ਮੇਰੇ ਹੱਥੋਂ ਡੋਲੂ ਛੁੱਟ ਗਿਆ ਮੇਰੇ ਦਿਮਾਗ ਤੇ ਰਚਪਾਲ ਦੀ ਆਖੀ ਗੱਲ ਗੂੰਜਣ ਲੱਗ ਪਈ ਉਹ ਕਹਿੰਦਾ ਹੁੰਦਾ ਜਿਦਣ ਮੈਂ ਮਰਿਆ ਦੇਵੀ ਆ ਕਰਜ਼ੇ ਦੇ ਭਾਰ ਹੇਠ ਦੱਬ ਕੇ ਮਰੂੰਗਾ ਮੰਜੇ ਤੇ ਉਹ ਸੱਚਮੁੱਚ ਮਰਿਆ ਪਿਆ ਸੀ ਉਹਦੇ ਮੂੰਹ ਚੋਂ ਝੱਗ ਵਗ ਕੇ ਸੁੱਕੀ ਪਈ ਸੀ ਮੰਜੇ ਦੇ ਪਾਵੇ ਕੋਲ ਕੀੜੇ ਮਾਰ ਦਵਾਈ ਦੀ ਪੀਪੀ ਡਿੱਗੀ ਪਈ ਰਚਪਾਲ ਦੀ ਲਾਸ਼ ਵੇਖ ਕੇ ਉਸ ਦਿਨ ਪਹਿਲੀ ਵਾਰ ਮੇਰੇ ਮੋਢਿਆਂ ਚ ਦਰਦ ਉੱਠਿਆ ਸੀ ਜਦੋਂ ਮੈਂ ਉਹਦੀ ਅਰਥੀ ਹੇਠਾਂ ਮੋਢਾ ਦਿੱਤਾ ਤਾਂ ਦੰਗ ਰਹਿ ਗਿਆ ਰਚਪਾਲ ਚ ਇੰਨਾ ਵਜਨ ਕਿੱਥੋਂ ਆ ਗਿਆ ਸੀ ਹੈ ਤਾਂ ਮਰ ਚੂ ਗਿਆ ਸੀ ਕਾਹਦਾ ਭਾਰ ਸੀ ਉਹਦੀ ਲੋਥ ਵਿੱਚ ਰਾਹ 'ਤੇ ਜਦੋਂ ਅਰਥੀ ਨੂੰ ਮੋਢਾ ਬਦਲਿਆ ਤਾਂ ਮੇਰਾ ਦੂਜਾ ਮੋਢਾ ਵੀ ਟਸ ਟਸ ਕਰਨ ਲੱਗ ਪਿਆ ਸੀ ਉਸ ਦਿਨ ਦਾ ਹੀ ਮੇਰੇ ਮੋਢਿਆਂ 'ਚ ਦਰਦ ਰਹਿੰਦਾ ਹੈ ਮੋਢਿਆਂ ਦੇ ਦਰਦ ਤੋਂ ਖਹਿੜਾ ਝਟਾਉਣ ਲਈ ਮੈਂ ਮੁਰ ਮੰਝੇ ਤੇ ਪੈ ਗਿਆ ਅੱਖਾਂ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਪੂਰੀਆਂ ਬੰਦ ਨਹੀਂ ਹੋ ਰਹੀਆਂ ਅਧੀਆਂ ਖੁੱਲੀਆਂ ਅਧੀਆਂ ਬੰਦ ਹਨ ਮੈਨੂੰ ਧੁੰਦਲਾ ਧੁੰਦਲਾ ਜਿਹਾ ਦਿਸਣ ਲੱਗ ਪਿਆ ਕਾਸੀਆਂ ਗੱਲਾਂ ਪੂ ਚੁਲਜਦੀਆਂ ਜਾ ਰਹੀਆਂ ਨੇ ਮੇਰੇ ਦਿਮਾਗ ਦਾ ਲੋਡ ਵਧਣ ਲੱਗ ਪਿਆ ਹੈ ਮੰਜੇ ਦੇ ਸਹਰਾਣੇ ਵਾਲੇ ਪਾਸਿਓਂ ਫੇਰ ਆਵਾਜ਼ ਸੁਣਨ ਲੱਗ ਪਈ ਹੈ ਖੱਤੇ ਚ ਖਰਚਿਆਂ ਦੀ ਖਰਚ-ਖਰਚ ਸੁਣ ਰਹੀ ਹੈ ਪੈੜਚਾਲ ਮੇਰੇ ਵੱਲ ਨੂੰ ਵੱਧ ਰਹੀ ਹੈ ਪਿਛਾਂ ਦੀ ਜਿਵੇਂ ਕਿਸੇ ਨੇ ਮੈਨੂੰ ਮੋਢਿਆਂ ਤੋਂ ਫੜ ਲਿਆ ਹੈ ਰਚਪਾਲ ਦੀ ਲਾਸ਼ ਵੀ ਐਸੀ ਮੰਜੇ ਤੇ ਪਈ ਸੀ ਉਹਨੂੰ ਹੇਠਾਂ ਲਾਉਣ ਵੇਲੇ ਮੈਂ ਵੀ ਮੋਢਿਆਂ ਤੋਂ ਹੀ ਫੜਿਆ ਸੀ ਪਰ ਹੁਣ ਮੇਰੇ ਹੱਥ ਕਿਸੇ ਵੀ ਗੱਲ ਦੀ ਤੰਦ ਸਿਰਾਂ ਨਹੀਂ ਆ ਰਹੀ ਸਮਝ ਨਹੀਂ ਆ ਰਹੀ ਕੀ ਕਰਾਂ ਮਨ ਜੇ ਤੇ ਪਿਆਰ ਆਹਾਂ ਜਾਂ ਉਠ ਖੜਾਂ ਉੰਜ ਮਨ ਦੋਵੇਂ ਗੱਲਾਂ ਕਰਨ ਨੂੰ ਕਰ ਰਿਹਾ ਹੈ ਧੰਨਵਾਦ ਸਮਾਪਤ